चाइना भारत दे नाल अपने रिश्ते खराब कर चुका है। गलवान घाटी दे विच उसने जिस घटना नूं अंजाम दिता उस दे नाल भारत दे विच लोकां च काफी गुस्सा है। होशियारपुर यूथ कांग्रेस दे वलों चीन विरुद्ध मुजाहरा करके चीन दा पुतला फूकिया गया है। भारतीय फौज दे लई भारतीय फौज जिंदाबाद दे नारे लगाए गए ने। इत्थे आ वी दसना बनदा है कि चीनी समान दा बायकाट कीता गया है। उन्हां दा कहना है कि सानू चीनी समान नूं भारत विच आउण तों रोकना चाहीदा है। अज जिहड़ा प्रोटेस्ट सीगा चाइनी चाइना दे विरुद्ध सीगा, जिहड़े उन्होंने साडे 20 जवान जिहड़े शहीद किए उन्होंने विरुद्ध असीं अज रोस प्रदर्शन किया। एक सरकार नूं आपां अपील करदे हां भी जिहड़े भी उन्हां नूं आपां मेजर प्रोजेक्ट दिते आ ਉਹ ਸਾਰੇ ਉਹਨਾਂ ਕੋਲ ਖੋਲ੍ਹੇ ਜਾਣ ਜੀ, ਅਤੇ ਜਿਹੜੀਆਂ ਵੀ ਇੰਡੀਅਨ ਕੰਪਨੀਆਂ ਹੈਗੀਆਂ ਆ ਉਹਨਾਂ ਨੂੰ ਦਿੱਤੇ ਜਾਣੇ ਸਾਰੇ। ਹੋਰ ਕੀ ਪ੍ਰੋਟੈਸਟ ਹੈ, ਕੀ ਮੰਗ ਕਰਦੇ ਆ? ਅਸੀਂ ਸਰਕਾਰ ਕੋਲ ਇਹੀ ਬੈਨ ਮੰਗ ਕਰਦੇ ਹਾਂ ਵੀ ਜਿਹੜੇ ਜਿੰਨੀਆਂ ਵੀ ਮੈਨੂਫੈਕਚਰਿੰਗ ਹੈਗੀਆਂ ਆ ਉਹ ਇੰਡੀਆ ਦੇ ਵਿੱਚ ਹੋਈਆਂ ਜਾਣ, ਸਾਰੇ ਜਿਹੜੇ ਇਹਨਾਂ ਦੀ ਐਪਲੀਕੇਸ਼ਨਸ ਹੈਗੀਆਂ ਟਿਕਟੋਕ ਵਗੈਰਾ ਲੈਣਾ ਹੋਰ ਵੀ ਜੋ ਹੈਗੀਆਂ ਆ ਉਹ ਸਾਰੀਆਂ ਬੈਨ ਕੀਤੀਆਂ ਜਾਣ ਅਤੇ ਸਾਰੇ ਇੰਡੀਅਨ ਮੇਡ ਐਪਲੀਕੇਸ਼ਨਸ ਹੋਣ ਜੀ, ਅਤੇ ਜੋ ਵੀ ਟੈਕਸਟਾਈਲਸ ਹੋ ਗਈਆਂ ਜਾਂ ਫਾਰਮਾਸਿਊਟੀਕਲਸ ਕੰਪਨੀਆਂ ਹੈਗੀਆਂ। ਅਸੀਂ ਅੱਜ ਯੂਥ ਕਾਂਗਰਸ ਵੱਲੋਂ ਇਕੱਠੇ ਹੋਏ ਹਾਂ ਜੀ, ਯੂਥ ਕਾਂਗਰਸ ਵੱਲੋਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਜਿੱਥੇ ਸਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜ਼ਿਆਦਾ ਚੀਜ਼ਾਂ ਚਾਈਨਾ ਤੋਂ ਆ ਰਹੀਆਂ ਆ, ਜਾਂ ਮੋਬਾਈਲ ਹੋ ਗਏ, ਚਾਰਜਰ ਹੋ ਗਏ, ਬਹੁਤ ਜ਼ਿਆਦਾ ਚੀਜ਼ਾਂ ਚਾਈਨਾ ਤੋਂ ਆ ਰਹੀਆਂ। ਇਹੀ ਗੱਲ ਦੀ ਆਪਾਂ ਪ੍ਰੋਟੈਸਟ ਕਰ ਰਹੇ ਹਾਂ, ਸਰਕਾਰ ਅੱਗੇ ਮੰਗ ਵੀ ਸਾਡੀ ਇਹੀ ਹੈ ਵੀ ਉਹ ਇੰਡੀਆ ਦੇ ਵਿੱਚ ਉਹਨਾਂ ਦੀ ਮੈਨੂਫੈਕਚਰਿੰਗ ਸ਼ੁਰੂ ਕੀਤੀ ਜਾਵੇ ਜੀ। ਕਿਤੇ ਕਿਤੇ ਇਹ ਨਹੀਂ ਲੱਗਦਾ ਕਿ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਆ ਇਹ ਚੀਜ਼ਾਂ ਨੂੰ ਨਾ ਵਰਤਣ? ਅਸੀਂ ਉਹ ਨਵੀਂ ਮੁਹਿੰਮ ਸ਼ੁਰੂ ਕਰਾਂਗੇ ਜੀ, ਉਹਦੇ 'ਚ ਇਹੀ ਲੋਕਾਂ ਨੂੰ ਜਾਗਰੂਕ ਕਰਾਵਾਂਗੇ ਵੀ ਜਿਹੜਾ ਪੈਸਾ ਆਪਣੇ ਦੇਸ਼ ਦਾ ਹੈਗਾ ਦੇਸ਼ 'ਚ ਹੀ ਰਹਿਣਾ ਚਾਹੀਦਾ ਆ, ਵੀ ਜਿਹੜੀਆਂ ਇੰਡੀਅਨ ਮੇਡ ਕੰਪਨੀਜ਼ ਹੈਗੀਆਂ ਉਹਨਾਂ ਕੋਲ ਸਮਾਨ ਲੈਣ, ਜਿੱਦਾਂ ਮਾਈਕਰੋਮੈਕਸ ਨੂੰ ਬੜਾਵਾ ਦੇਣਾ ਚਾਹੀਦਾ ਆ। ਹੋਰ ਵੀ ਅਸੀਂ ਦੇਖਾਂਗੇ ਹੋਰ ਕਿਹੜੀਆਂ ਕਿਹੜੀਆਂ ਕੰਪਨੀਜ਼ ਹੈਗੀਆਂ ਜਿਹਦੇ ਨਾਲ ਇੰਡੀਆ ਨੂੰ ਫਾਇਦਾ ਹੋਵੇ ਜੀ। ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਾਨੂੰ ਭਾਰਤ ਦਾ ਬਣਿਆ ਹੋਇਆ ਸਮਾਨ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦਾ ਪੈਸਾ ਸਾਡੇ ਦੇਸ਼ ਦੇ ਵਿੱਚ ਹੀ ਰਹਿ ਸਕੇ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨਆਰਆਈ।